ਕੀ ਗੱਲ ਕੇਬਲ ਦੀ ਫੀਸ ਤੇਰੇ ਦੰਦ ਭਾਂਦੇ ਨਾ ਕੇਬਲ ਦੀ ਫੀਸ ਜਦੋਂ ਮਜ਼ਾ ਆਉਣ ਲੱਗਦਾ ਵਿੱਚ ਮਸ਼ਹੂਰੀਆਂ ਪਾ ਦਿੰਦੇ ਉਹ ਮਸ਼ਹੂਰੀਆਂ ਤੁਹਾਡੇ ਨਾਲ ਆ ਰਹੀਆਂ ਨੇ ਉਹ ਮੈਂ ਸਵੇਰ ਦਾ ਲੱਭਣ ਡਿਆ ਮਸ਼ਹੂਰੀਆਂ ਕਿੱਧਰ ਜਾ ਰਹੀਆਂ ਕੀ ਚਾਹੀਏ ਆਪਕੋ ਸਟਾਰਟ एक दफा निकल गया मैं जंगल में ठीक है मेरे सामने आ गया शेर अच्छा मैंने शेर को देखा वाह वाह शेर ने मुझे देखा मैंने हाथ ऊपर किया अच्छा शेर ने पंजा ऊपर किया शेर ने जैसी जंप लगाई फिर मैंने टीवी बंद कर दिया क्या हो रहा है क्या कर रहे हो हांजी किवे हो वधिया तुसी सुनाओ अपना की करदे सी कुछ नहीं बस पैसे जोड़दा सी ओह अच्छा अच्छा मेरा बर्थडे आने वाला ना इसलिए ओ नहीं कमलिए मेरा तो 50 दा नोट फाड़ गया मैं तो वो जोड़दा लैटरीन च वड़िया एक बंदे ने क्या अंदरों कुंडी ला ला आंदा मैं महीना रहना बस गुजारा हो रहा होर सुना तनखा ही नहीं बदन दई होर सुना साला रोज ही मोटरसाइकिल ले जांदा है होर सुना कल मसीह तो जुत्ती चुकी गई होर सुना निके भरा ने हिस्सा मांग लिया होर सुना ब्रेक पेन वाला चार्जर गवाच गया तेरी शादी हुई है नहीं ते बड़े किवें हो गया एक पठान बेचारा समंदर च डूब रहा सी समंदर च डूबते डूबते हाथ च मच्छी आई सी मच्छी नु बाहर सुन के कहदा तुम तो बचो मेरा अल्लाह वारिस है बच्चे नु तरस गई बच्चे नु तरस गई पंजी दिन मार रही पांच दिन इथे रहनी ते बच्चा सोफे च होना लै पांच दिन बच्चे वास्ते ते मिंट चाहिदा जे टका के लगा होवे अपने अपने घर का बुआ चुक के जा रहा मैं क्या किधर कहना ताला खिलाऊं चला ओ मैं क्या पिछो भावे चोर चोरी कर जाए कहना चोरी किवें कर सकते ने बुआ ते मेरे कोल दिल ता पागल है दो कुड़ियां लेके चुप कर जाऊ जिथे सारी दुनिया बढ़ गई मैं भी किधरे बढ़ बुड़ जाऊ कोई भी नहीं मन डेया इस गल मेरी एक ऐसी तारीफ करो जिसे मुझे सुन के खुशी भी हो और गुस्सा भी आ जाए करो 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 तुम ना मेरी जिंदगी हो यार थैंक यू और तू है भैन चो देसी जिंदगी डॉक्टर दी बददुआ तो बचना बजा बजा अल्लाह ताला दी जात डॉक्टर ना बड़ा प्यार कर दी है थैंक यू जे अल्लाह नाराज हो जाए वो डॉक्टर को भेज देना जे डॉक्टर नाराज हो जाए वो अल्लाह को भेज देना ओए बेवकूफ चल तेरा इंग्लिश का टेस्ट लेते हैं बता खूबसूरत लड़की को इंग्लिश में क्या कहते हैं खूबसूरत लड़की को इंग्लिश में कहते हैं आपका बच्चा पढ़ने में बहुत ज्यादा कमजोर है लिखने में कैसा है लिखने में तो और भी ज्यादा बेकार है मतलब उसको अपनी खुद की राइटिंग समझ में नहीं आती है अरे वाह मेरा बच्चा डॉक्टर बनेगा
ਦੀ ਕਸਮ ਇਹ ਜਿਹੜੇ ਗੰਦੇ ਸ਼ਾਇਰ ਨੇ ਇਹ ਜਿਹੜੇ ਗੰਦੇ ਗਾਣੇ ਲਿਖਦੇ ਨੇ ਇਹ ਮੈਨੂੰ ਮਿਲ ਜਾਣ ਮੈਂ ਇਹਨਾਂ ਦੇ ਮਹਿੰਦੀਆਂ 'ਚ ਠੁੱਡੇ ਮਾਰਾਂ ਇਹਨਾਂ ਦੀਆਂ ਆਪਣੀਆਂ ਕੋਈ ਧੀ ਭੈਣਾਂ ਨਹੀਂ ਇਹ ਕੀ ਗਾਣਾ ਲਿਖਿਆ ਮੈਂ ਨਵਾਂ ਗਾਣਾ ਸੁਣਿਆ ਅੱਲਾ ਦੀ ਕਸਮ ਪੱਪੀਆਂ ਦੇ ਪੈਸੇ ਵੱਖਰੇ ਜੱਫੀਆਂ ਦੇ ਵੱਖਰੇ ਸ਼ਹਿਰੋਂ ਆਇਓ ਕੋ ਪਿੰਡੋਂ ਆਇਓ ਕਿੱਥੋਂ ਆਇਓ ਮੈਂ 35 ਚੱਕ ਤੋਂ ਜੀ ਇਹ 35 ਚੱਕ ਕਿੱਥੇ 36 ਚੱਕ ਦੇ ਸਾਹਮਣੇ 36 ਚੱਕ 35 ਦੇ ਸਾਹਮਣੇ ਤੇ ਦੋਵੇਂ ਆਹਮਣੇ ਸਾਹਮਣੇ ਤੇ ਜੇ ਜਾਣਾ ਹੋਵੇ 35 ਚੋਂ ਨਿਕਲੋ 36 ਚ ਵੜ ਜਾਓ 36 ਚੋਂ ਨਿਕਲੋ 35 ਚ ਵੜ ਜਾਓ ਤੇ ਜੇ ਭੁੱਲ ਜਾਓ ਫਿਰ ਜਿੱਥੋਂ ਨਿਕਲੇ ਹੋਇਆ ਕੀ ਸੀ ਜੇ ਮਰਨ ਵਾਲੇ ਨੂੰ ਗੁਰਦੇ ਫੇਲ ਹੋ ਗਏ ਜਨਾਬ ਦੋਵੇਂ 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 ਫੇਲ ਦੋਵੇਂ ਸਕੂਲੇ ਨੀ ਜਾਂਦੇ ਹੋਣੇ ਅਖਰ ਤੂੰ ਨੱਚਣਾ ਗਾਣਾ ਛੱਡ ਕਿਉਂ ਨੀ ਦਿੰਦੀ ਮੇਰੀ ਮਜਬੂਰੀ ਹੈ ਕੀ ਮਜਬੂਰੀ ਹੈ ਤੇਰੀ ਮੈਂ ਕਰਜ਼ਾ ਦੇਣਾ ਮੇਰਾ ਸਾਰਾ ਕਰਜ਼ਾ ਮੈਂ ਦਿਆਂਗਾ ਕਿੰਨੇ ਪੈਸੇ ਨੇ 2 ਕਰੋੜ ਨੱਚ ਲੈ ਫਿਰ 2.5 ਸਾਲ ਹੋਰ ਹਾਲੀ ਤਾਏ ਦੀ ਕੁਕੜੀ ਮਰੀ ਤੇ ਰੋਈ ਜਾਵੇ ਉਹ ਦਾਦੀ ਮਰੀ ਤੇ ਰੋਵੇ ਹੀ ਨਾ ਉਹ ਮੈਂ ਕਿਹਾ ਤਾਇਆ ਕੁਕੜੀ ਮਰੀ ਰੋਇਆ ਆ ਦਾਦੀ ਮਰੀ ਤੇ ਕਿਉਂ ਨੀ ਰੋਂਦੇ ਆ ਉਹ ਕਹਿੰਦਾ ਦਾਦੀ ਕਿਹੜਾ ਆਂਡੇ ਦਿੰਦੀ ਆ ਰਾਤੀ 2 ਵਜੇ ਉਹ ਸਿਆਪਾ ਇਹਨੇ ਪਾਇਆ ਜੀ ਕਿਵੇਂ ਜੀ 1122 ਤੇ ਕਾਲ ਚਲਾਤੀ ਕਹਿੰਦੇ ਜੀ ਮੈਂ ਖੂਹ ਚ ਡਿੱਗ ਪਿਆ ਅੱਛਾ ਉਹ ਟੀਂ ਟੀਂ ਕਰਦੀਆਂ 8 ਗੱਡੀਆਂ ਆਈਆਂ ਅੱਗੇ ਬਾਲਟੀ ਚ ਫਸਿਆ ਇਹ ਹਸਪਤਾਲ ਗਿਆ ਖੂਨ ਦੇਣ ਵਾਸਤੇ ਉਹ ਡਾਕਟਰ ਨੇ ਇਹਦੇ ਚੋਂ ਲਈ ਇਹਨਾਂ ਕੋ ਖੂਨ ਕੱਢਿਆ ਤੇ ਬੇਹੋਸ਼ ਹੋ ਗਿਆ ਉਹ ਵਿਚਾਰੇ ਨੇ ਕੋ 8 ਬੋਤਲਾਂ ਇਹਨੂੰ ਪੱਲਿਓ ਲਾਈਆਂ 3 ਘੰਟੇ ਬਾਅਦ ਇਹਨੂੰ ਹੋਸ਼ ਆਈ ਡਾਕਟਰ ਕਹਿੰਦਾ ਸ਼ੁਕਰ ਅਲਹਮਦੁਲਿਲਾ ਜਨਾਬ ਤੁਹਾਨੂੰ ਹੋਸ਼ ਆ ਗਈ ਇਹ ਚਵਲ ਕਹਿੰਦਾ ਕੋਈ ਐਸੀ ਗੱਲ ਨਹੀਂ ਡਾਕਟਰ ਸਾਹਿਬ ਹੁਣ ਤੁਸੀਂ ਹੋਰ ਕੱਢ ਲਓ 1000 ਰੁਪਏ ਦਾ ਈਜ਼ੀ ਲੋਡ ਕਰਾਓ ਤੇ ਸਾਰੀ ਰਾਤ ਪੈਕੇਜ ਲਗਾ ਕੇ ਲਗੇ ਰੋ ਤੇ 50 ਤੁਸੀਂ ਵੀ ਨਾਲ ਹੀ ਹੋ ਤੇ ਲੱਗੇ ਕਿੱਥੇ ਕੰਨ ਨਾ ਰਹੀਏ ਅਸੀਂ ਆਪਣੀ ਬੀਵੀ ਨੂੰ ਡਾਕਟਰ ਕੋਲ ਲੈ ਕੇ ਜਾ ਕੇ ਥੱਲੇ ਭਾਤਾ ਡਾਕਟਰ ਕਹਿੰਦਾ ਉੱਤੇ ਭਾਓ ਕਹਿੰਦੇ ਜੀ ਉੱਤੇ ਭਾਅ ਭਾਅ ਨੇ ਬਿਮਾਰ ਕੀਤੀ ਹੈ ਘੋੜੇ ਤੇ ਬਹਿ ਕੇ ਆਣਾ ਤੇਰੀ ਬਾਜੀ ਨੂੰ ਬਿਠਾਣਾ ਨਾਲ ਲੈ ਜਾਣਾ ਵਿਸ਼ੇ ਰਜ਼ਾਈ ਉੱਤੇ ਰੱਖ ਕੇ ਸਰਾਣਾ ਚੁੱਕੋ ਸੋਫੇ ਮੀਆਂ ਸਾਹਿਬ ਨੇ ਕਿਹਾ ਇੱਥੇ ਪੁੱਲ ਬਣੇਗਾ ਮੇਰੇ ਕੋਲ ਪੈਸਾ ਕੋਈ ਨਹੀਂ ਚਾਲੂ ਹਾਂਜੀ ਆਈ ਲਵ ਯੂ ਟੂ ਜਾਨੂ ਹਾਂਜੀ ਉਹ ਤੁਸੀਂ ਜਲੇਬੀਆਂ ਕਿਉਂ ਖਾ ਰਹੇ ਹੋ ਸਿਆਣੇ ਕਹਿੰਦੇ ਚੰਗੀਆਂ ਹੁੰਦੀਆਂ ਸਭ ਜੇ ਅੱਜ ਚੰਗੀਆਂ ਨਾ ਨਿਕਲੀਆਂ ਤਾਂ ਸਿਆਣਿਆਂ ਦੀ ਵੀ ਭੈਣ ਨੂੰ ਤੂੰ ਲਿਪਟਨ ਦੀ ਚਾਹ ਹੈਗੀ ਕੀ ਕਿਹਾ ਲਿਪਟਨ ਦੀ ਚਾਹ ਬੀਬਾ ਮੈਨੂੰ ਤਾਂ ਹੈ ਨਹੀਂ ਜੇ ਤੈਨੂੰ ਹੈ ਤੇ ਲਿਪਟ ਜਾ